अपने चैनल नूं सब्सक्राइब करो अते हर नवी वीडियो देखने लई यूट्यूब दी ऐप विच बैल आइकन ते क्लिक करो। मैं हुण तुहानूं पुछना कि हाँ किद्दां ते ओह बंदे ने अज फिर बोल पैणा, पुछ के देखदे हाँ भी किद्दां। ਕਿਹੜਾ ਤੂੰ ਸਾਹਮਣੇ ਤਾਂ ਆ ਮੇਰੇ ਕਦੇ। ਤਾਂ ਸਵਾਗਤ ਹੈ ਤੁਹਾਡਾ ਅੱਜ ਦੇ ਪੰਜਾਬੀ ਰੀਲ ਦੇ ਇੱਕ ਨਵੇਂ ਐਪੀਸੋਡ ਵਿੱਚ। ਮੇਰਾ ਨਾਮ ਹੈ ਸੁਨਮੀਤ ਸਿੰਘ ਤੇ ਚਲੋ ਜੀ ਫਿਰ ਆਪਾਂ ਸ਼ੁਰੂ ਕਰਦੇ ਹਾਂ ਅੱਜ ਦੀ ਗੱਲਬਾਤ। ਆਹ ਗੱਲ ਤਾਂ ਬੰਦੇ ਨੇ ਸਿਆਣੀ ਕਰਦੀ ਅੱਜ। ਹਾਂਜੀ ਭਾਈ ਜੀ, ਤੁਸੀਂ ਆਪਣਾ ਜੋ ਚੈਨਲ ਆ ਉਹ ਸਬਸਕ੍ਰਾਈਬ ਕੀਤਾ ਹਜੇ ਤੱਕ ਕਿ ਨਹੀਂ ਕੀਤਾ? ਜੇ ਨਹੀਂ ਕੀਤਾ ਤਾਂ ਉਹਨੂੰ ਸਬਸਕ੍ਰਾਈਬ ਕਰ ਦਿਓ, ਕਿਉਂਕਿ ਮੈਂ ਇਸ ਚੈਨਲ 'ਤੇ ਦਿੰਦਾ ਸਿਨੇਮਾ ਅਪਡੇਟਸ ਅਤੇ ਕਰਦਾ ਟ੍ਰੇਲਰ ਰਿਐਕਸ਼ਨਸ। ਅਤੇ ਕਦੇ ਕਦੇ ਨਾ ਮੇਰੇ ਵਿੱਚ ਕੀੜਾ ਇੱਕ ਬੜਾ ਖੜਾ ਹੋ ਜਾਂਦਾ, ਪਤਾ ਕਾਹਦਾ? ਵਾਈਨਸ ਬਣਾਉਂਦਾ, ਫਿਰ ਮੈਂ ਵਾਈਨਸ ਬਣਾਉਂਦਾ, ਫਿਰ ਮੈਂ ਉਹ ਤੁਹਾਨੂੰ ਐਂਟਰਟੇਨ ਕਰਨ ਦੀ ਕੋਸ਼ਿਸ਼ ਕਰਦਾ। ਅਤੇ ਤੁਸੀਂ ਐਂਟਰਟੇਨ ਹੁੰਦੇ ਵੀ ਹੋ, ਬਸ ਇੱਦਾਂ ਹੀ ਬਣਾਉਂਦੇ ਰਹਾਂਗੇ ਜੀ। ਤੁਸੀਂ ਪਲੀਜ਼ ਸਪੋਰਟ ਕਰੋ ਚੈਨਲ, ਹੁਣੇ ਸਬਸਕ੍ਰਾਈਬ ਕਰ ਦਿਓ ਵੀਡੀਓ ਦੇਖਣ ਤੋਂ ਪਹਿਲਾਂ। ਅਤੇ ਆਪਾਂ ਅੱਜ ਰਿਐਕਸ਼ਨ ਕਰਨਾ ਇੱਕ ਪੰਜਾਬੀ ਫਿਲਮ ਦੇ ਟੀਜ਼ਰ ਦਾ। ਫਿਲਮ ਦਾ ਨਾਮ ਹੈਗਾ ਗ੍ਰੇਟ ਸਰਦਾਰ। ਸੋ ਵਿਦਆਊਟ ਵੇਸਟਿੰਗ ਦ ਟਾਈਮ ਲੈਟਸ ਸਟਾਰਟ ਦਿਸ ਵੀਡੀਓ। ਸੋ ਹੇ ਵੀ ਗੋ ਗ੍ਰੇਟ ਸਰਦਾਰ। ਯੋਗਰਾਜ ਸਿੰਘ ਮਾਈ ਫੇਵਰੇਟ, ਆਲ ਟਾਈਮ ਫੇਵਰੇਟ। ਦਿਲਪ੍ਰੀਤ ਢਿੱਲੋਂ ਆਪਣਾ ਡੈਬਿਊ ਕਰ ਰਿਹਾ ਮੇਰੇ ਖਿਆਲ, ਨਹੀਂ ਐਕਚੁਅਲੀ ਇੱਕ ਅੱਧੀ ਫਿਲਮ ਹੋਰ ਆਈ ਸੀਗੀ ਪਹਿਲਾਂ, ਵੰਸ ਅਪੌਨ ਟਾਈਮ ਇਨ ਅੰਮ੍ਰਿਤਸਰ, ਹੈ ਨਾ, ਉਹਦੇ 'ਚ, ਪਰ ਉਹ ਚੱਲੀ ਨਹੀਂ ਸੀ, ਫੇਲ ਹੋ ਗਈ ਸੀ। ਆਈ ਮੀਨ ਟੂ ਸੇ ਕਿ ਫਲੋਪ ਹੋ ਗਈ ਸੀ। ਗਰਜੰਟ ਸਿੰਘ ਕੀ ਦਾ ਨਾਂ ਲੈਦਾ ਬਾਈ ਇਹਨੇ ਐਂਡ ਤੇ। ਗ੍ਰੇਟ ਸਰਦਾਰ, ਓਕੇ ਜੀ। ਸੋ ਇਹ ਸੀਗਾ ਛੋਟਾ ਜਿਹਾ ਟੀਜ਼ਰ, ਲਗਭਗ ਇੱਕ ਮਿੰਟ ਦਾ ਟੀਜ਼ਰ ਵਿੱਚ ਆਪਾਂ ਨੂੰ ਇੰਨਾ ਕੁ ਤਾਂ ਜੋ ਪਤਾ ਲੱਗ ਹੀ ਰਿਹਾ ਕਿ ਫਿਲਮ ਕਿਸ ਬਿਹਾਫ 'ਤੇ ਹੋਣ ਵਾਲੀ ਹੈ। ਫਿਲਮ ਉਹੀ ਜਿੱਦਾਂ ਜੱਟਾਂ ਵਾਲੀ ਇੱਕ ਠੁੱਕ ਹੁੰਦੀ ਹੈ ਨਾ, ਥੋੜ੍ਹੀ ਜਿਹੀ ਕਹਿ ਲਓ ਕਿ ਦਹਿਸ਼ਤ ਵਾਲਾ ਮਾਹੌਲ ਹੈ ਟੀਜ਼ਰ ਦੇ ਵਿੱਚ ਪੂਰਾ। ਜਿਹੜਾ ਹੀਰੋ ਆ ਉਹ ਦੂਜੇ ਬੰਦੇ ਨੂੰ ਧਮਕਾ ਰਿਹਾ, ਅਤੇ ਕਹਿ ਲਓ ਕਿ ਇੱਕ ਤਰ੍ਹਾਂ ਦੀ ਐਕਸ਼ਨ ਮੂਵੀ ਹੈ। ਸੋ ਇਹਦਾ ਹੁਣ ਟ੍ਰੇਲਰ ਤੋਂ, ਜਦੋਂ ਟ੍ਰੇਲਰ ਆਊਗਾ ਟ੍ਰੇਲਰ ਤੋਂ ਹੀ ਥੋੜ੍ਹਾ ਆਪਾਂ ਹੋਰ ਗੈਸ ਕਰ ਸਕਦੇ ਹਾਂ ਕਿ ਇਹ ਫਿਲਮ ਕਿੱਦਾਂ ਦੀ ਹੋਣ ਵਾਲੀ ਹੈ। ਬਾਕੀ ਦਿਲਪ੍ਰੀਤ ਢਿੱਲੋਂ ਨੇ ਆਪਣਾ ਜੋ ਡੈਬਿਊ ਕੀਤਾ ਸੀ ਉਹ ਕੀਤਾ ਸੀਗਾ ਵੰਸ ਅਪੌਨ ਟਾਈਮ ਇਨ ਅੰਮ੍ਰਿਤਸਰ, ਬਟ ਉਹ ਫਿਲਮ ਕਾਫੀ ਨਹੀਂ ਚੱਲ ਪਾਈ ਇੰਨੇ ਹੱਦ ਤੱਕ। ਅਤੇ ਹੁਣ ਦੇਖਦੇ ਹਾਂ ਕਿ ਉਹਨਾਂ ਦਾ ਇਸ ਫਿਲਮ ਵਿੱਚ ਕੀ ਰੋਲ ਹੈ ਅਤੇ ਕਿੱਦਾਂ ਉਹ ਇਸ ਰੋਲ ਨੂੰ ਨਿਭਾ ਰਹੇ ਹੈ, ਅਤੇ ਫਿਲਮ ਹਿੱਟ ਹੁੰਦੀ ਹੈ ਜਾਂ ਨਹੀਂ ਹੁੰਦੀ। ਬਾਕੀ ਯੋਗਰਾਜ ਸਿੰਘ ਇਹਦੇ ਵਿੱਚ, ਉਹਨਾਂ ਦੀ ਐਕਟਿੰਗ ਤੁਹਾਨੂੰ ਪਤਾ ਮੈਨੂੰ ਬਹੁਤ ਜ਼ਬਰਦਸਤ ਲੱਗਦੀ ਹੈ ਯਾਰ। ਉਹਨਾਂ ਦੀ ਆਵਾਜ਼ ਹੀ ਇੱਦਾਂ ਨਾ, ਜਿਹੜੀ ਇੱਕ ਗਰਜ ਵਾਲੀ ਆਵਾਜ਼ ਹੁੰਦੀ ਆ ਉਹ ਆਵਾਜ਼ ਆ ਉਹਨਾਂ ਦੀ, ਹੈ ਨਾ, ਅਤੇ ਮੈਂ ਸੱਚੀ ਦਿਲੋਂ ਪਸੰਦ ਕਰਦਾ ਉਹ ਬੰਦੇ ਨੂੰ, ਉਹਦੀ ਐਕਟਿੰਗ ਦਾ ਕਾਇਲ ਹੈ ਯਾਰ ਐਕਚੁਅਲੀ ਮੈਂ ਉਹਦੀ। ਜੇ ਤੁਸੀਂ ਪੁਰਾਣੀਆਂ ਫਿਲਮਾਂ ਵੀ ਦੇਖੋਗੇ ਨਾ, ਚਲੋ ਇੱਦਾਂ ਕਰਦੇ ਹਾਂ ਅੱਜ ਮੈਂ ਤੁਹਾਨੂੰ ਇੱਦਾਂ ਦੱਸ ਦਿੰਦਾ ਕਿ ਆਪਾਂ ਬਹੁਤ ਜਲਦ ਉਹਨਾਂ ਦੀ ਪੁਰਾਣੀਆਂ ਫਿਲਮਾਂ ਦਾ ਵੀ ਹੁਣ ਤੁਹਾਨੂੰ ਇੱਕ ਮੈਂ ਜ਼ਰੂਰ ਰਿਐਕਸ਼ਨ ਕਰਕੇ ਦਊਂਗਾ ਉਹਨਾਂ ਦੀ, ਕਿਸੇ ਪੁਰਾਣੀ ਫਿਲਮ ਦੇ ਕਿਸੇ ਪਰਟੀਕੁਲਰ ਸੀਨ ਦਾ ਜਾਂ ਫਾਈਟ ਸੀਨ ਦਾ ਜਾਂ ਕਿਸੇ ਡਾਇਲੋਗ ਸੀਨ ਦਾ। ਸੋ ਉਹ ਕੁਝ ਵੀ ਹੋ ਸਕਦਾ, ਤੁਸੀਂ ਰੈਂਡਮਲੀ ਹੋ ਸਕਦਾ, ਤੁਸੀਂ ਮੈਨੂੰ ਨੀਚੇ ਕਮੈਂਟ ਕਰਕੇ ਫਿਲਮ ਦਾ ਨਾਮ ਵੀ ਦੱਸ ਸਕਦੇ ਹੋ ਕਿ ਕਿਹੜੀ ਪੁਰਾਣੀ ਫਿਲਮ ਦਾ ਮੈਂ ਤੁਹਾਨੂੰ ਰਿਐਕਸ਼ਨ ਦੇਵਾਂ ਆਪਣਾ, ਜਾਂ ਉਹਦਾ ਆਪਾਂ ਰਿਵਿਊ ਕਰੀਏ ਜਾਂ ਉਹਦੇ ਬਾਰੇ ਡਿਸਕਸ਼ਨ ਕਰੀਏ। ਸੋ ਗਾਈਜ਼, ਜੇ ਅੱਜ ਇਹਦੀ ਗੱਲ ਕਰੀਏ ਟੀਜ਼ਰ ਦੀ, ਇਹ ਫਿਲਮ ਆ ਰਹੀ ਹੈ 30 ਜੂਨ ਨੂੰ ਰਿਲੀਜ਼ ਹੋ ਰਹੀ ਹੈ ਸਿਨੇਮਾ ਘਰਾਂ ਵਿੱਚ। ਦੇਖਿਓ ਜ਼ਰੂਰ, ਪੰਜਾਬੀ ਸਿਨੇਮਾ ਨੂੰ ਸਪੋਰਟ ਕਰਿਆ ਕਰੋ ਮੈਂ ਹਮੇਸ਼ਾ ਕਹਿੰਦਾ। ਬਾਕੀ ਬਾਈ ਨੇ ਜਿਹੜਾ ਨਾਮ ਲੈਤਾ ਨਾ ਐਂਡ 'ਤੇ ਗੁਰਜੰਟ ਸਿੰਘ, ਇਹਨਾਂ ਮੇਰਾ ਧਿਆਨ ਸਾਰਾ ਕਿਸੇ ਹੋਰ ਪਾਸੇ ਕਰਤਾ। ਮੈਂ ਉਹਦੇ ਬਾਰੇ ਨਹੀਂ ਕੁਛ ਕਹੂੰਗਾ, ਆਈ ਪ੍ਰੋਮਿਸ ਯੂ, ਮੈਂ ਕੁਛ ਨਹੀਂ ਕਹੂੰਗਾ ਉਸ ਬਾਰੇ। ਬਾਕੀ ਤੁਹਾਨੂੰ ਸਭ ਨੂੰ ਪਤਾ ਹੀ ਹੈ ਮੈਂ ਕਿਹਦੇ ਬਾਰੇ ਗੱਲ ਕਰ ਰਿਹਾ। ਸੋ ਗਾਈਸ, ਅੱਜ ਲਈ ਇੰਨਾ ਹੀ। ਤੁਸੀਂ ਮੈਨੂੰ ਨੀਚੇ ਕਮੈਂਟ ਕਰਕੇ ਦੱਸ ਸਕਦੇ ਹੋ ਕਿ ਤੁਹਾਨੂੰ ਅੱਜ ਦੀ ਵੀਡੀਓ ਕਿੱਦਾਂ ਦੀ ਲੱਗੀ, ਅਤੇ ਜੇ ਨਹੀਂ ਵੀ ਵਧੀਆ ਲੱਗੀ ਤਾਂ ਵੀ ਮੈਨੂੰ ਕਮੈਂਟ ਵਿੱਚ ਦੱਸ ਦਿਆ ਕਰੋ ਕਿ ਬਾਈ ਮੈਨੂੰ ਤੇਰੀ ਆਹ ਚੀਜ਼ ਤੁਹਾਡੀ ਵਧੀਆ ਨਹੀਂ ਲੱਗੀ, ਜਾਂ ਸਾਨੂੰ ਆਹ ਚੀਜ਼ ਨਹੀਂ ਵਧੀਆ ਲੱਗੀ। ਐਕਚੁਅਲੀ ਮੈਂ ਸਿਰਫ ਆਪਣਾ ਰਿਐਕਸ਼ਨ ਦੇ ਰਿਹਾ, ਆਪਾਂ ਐਕਚੁਅਲੀ ਮੈਂ ਇੰਨਾ ਹੈ ਨਹੀਂ ਕਿ ਮੈਂ ਕਿਸੇ ਦੀ ਆਲੋਚਨਾ ਕਰਾਂ ਜਾਂ ਇਹਨਾਂ ਨੂੰ ਕ੍ਰਿਟੀਸਾਈਜ਼ ਕਰਾਂ ਵੀ ਇੱਦਾਂ ਨਹੀਂ ਇੱਦਾਂ, ਹੈ ਨਾ। ਜੋ ਵੀ ਕਰ ਰਹੇ ਆ ਬਹੁਤ ਵਧੀਆ ਕਰ ਰਹੇ ਆ, ਹੌਲੀ ਹੌਲੀ ਸਟੈਪ ਬਾਏ ਸਟੈਪ ਆਪਣਾ ਪੰਜਾਬੀ ਸਿਨੇਮਾ ਵੈਸੇ ਹੀ ਗਰੋ ਕਰ ਰਿਹਾ। ਸੋ ਮੇਰੀ ਇਹਨਾਂ ਨੂੰ ਫੁੱਲ ਸਪੋਰਟ ਰਹਿੰਦੀ ਆ ਹਮੇਸ਼ਾ ਜੇ। ਪਰ ਮੈਂ ਇੰਨੀ ਗੱਲ ਹੈ ਵੀ ਜੋ ਮੈਨੂੰ ਨਹੀਂ ਚੰਗਾ ਲੱਗਦਾ ਪਰਸਨਲੀ ਉਹ ਮੈਂ ਤੁਹਾਨੂੰ ਦੱਸ ਦਿੰਦਾ ਕਿ ਬਾਈ ਮੈਨੂੰ ਆਹ ਚੀਜ਼ ਵਧੀਆ ਨਹੀਂ ਲੱਗੀ। ਟ੍ਰੇਲਰ ਆਹ ਜੋ ਟੀਜ਼ਰ ਸੀ ਇਹ ਕਾਫੀ ਹੱਦ ਤੱਕ ਠੀਕ ਸੀਗਾ, ਫਿਲਮ ਬਾਰੇ ਆਪਾਂ ਕੁਝ ਜ਼ਿਆਦਾ ਉਹ ਨਹੀਂ ਕਰ ਸਕਦੇ, ਪਰ ਜੋ ਟੀਜ਼ਰ ਤੋਂ ਦੇਖਦੇ ਹਾਂ ਨਾ ਕਿ ਜਿਹੜੀ ਫਿਲਮ ਜੋ ਹੋਣ ਵਾਲੀ ਆ ਉਹ ਹੀ
ਜੋ ਸਟੋਰੀ ਲਾਈਨ ਸਿੰਪਲ ਹੁੰਦੀ ਆ, ਜੋ ਨੋਰਮਲ ਹੁੰਦੀ ਆ, ਕੁਝ ਵੱਖਰਾ ਦੇਖਣ ਨੂੰ ਮੇਰੇ ਖਿਆਲ ਨਹੀਂ ਮਿਲਣਾ ਆਪਾਂ ਨੂੰ ਇਸ ਫਿਲਮ ਵਿੱਚ। ਸੋ ਗਾਈਜ਼, ਤੁਸੀਂ ਜ਼ਿਆਦਾ ਕੁਝ ਇਹਦੇ ਤੋਂ ਆਪਣੀ ਜੋ ਐਕਸਪੈਕਟੇਸ਼ਨ ਹੈ ਨਾ ਰੱਖਿਓ। ਸੋ ਠੀਕ ਹੈ ਜੀ, ਮਿਲਦੇ ਹਾਂ ਤੁਹਾਨੂੰ ਕਿਸੇ ਹੋਰ ਵੀਡੀਓ 'ਤੇ। ਤਦ ਤੱਕ ਲਈ ਮੈਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ ਅਤੇ ਚੱਕੀ ਰੱਖੋ, ਇੱਦਾਂ ਹੀ ਕੰਮ ਹੈ। No, no, no.